ਠੀਕ ਹੈ ਹੋ ਗਿਆ ਲਾਈਵ ਆ ਗਿਆ ਆਪਾਂ ਆ ਗਏ ਜੀ ਬਾਬਾ ਜੀ ਫੋਨ ਕੱਟੋ ਪਹਿਲਾਂ ਮਾੜਾ ਜਿਹਾ ਮੈਂ ਹੁਣੇ ਕਰਦਾ ਬਾਜੀ ਹਾਂ ਮਾੜਾ ਕਹਿ ਨਹੀਂ ਕਿੱਧਰ ਲਾਈਵ ਹੋ ਗਿਆ ਨਾ ਚੱਲ ਪਿਆ ਸੋ ਸਤਿ ਸ਼੍ਰੀ ਅਕਾਲ ਜੀ ਸਾਰੇ ਇੰਸਟਾਗ੍ਰਾਮ ਫੈਮਿਲੀ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਨ ਡਨ ਅੱਜ ਤੁਹਾਨੂੰ ਨਵਾਂ ਨਵਾਂ ਜਿਹਾ ਮਾਹੌਲ ਲੱਗਦਾ ਹੋਊਗਾ ਕਿਉਂਕਿ ਦੇਸੀ ਕਰੂਣਾ ਦਾ ਪਹਿਲਾ ਜਿਹੜਾ ਸਟੂਡੀਓ ਤੁਸੀਂ ਦੇਖਿਆ ਹੋਊਗਾ ਉਹ ਤੁਹਾਨੂੰ ਅੱਜ ਕੁਛ ਡਿਫਰੈਂਟ ਫੀਲ ਹੋ ਰਿਹਾ ਹੋਊਗਾ ਇਹ ਡਿਫਰੈਂਟ ਇਸ ਕਰਕੇ ਫੀਲ ਹੋ ਰਿਹਾ ਦੇਸੀ ਕਰੂ ਵਾਲੇ ਪਹੁੰਚ ਚੁੱਕੇ ਨੇ ਚੰਡੀਗੜ੍ਹ ਚੰਡੀਗੜ੍ਹ ਪਹੁੰਚ ਗਏ ਨੇ ਇਹ ਮੁੰਡੇ ਖੰਨੇ ਬਹੁਤ ਸਾਲਾਂ ਤੋਂ ਕੰਮ ਕਰ ਰਹੇ ਸੀ ਪਰ ਹੁਣ ਇਹਨਾਂ ਨੇ ਫਾਈਨਲੀ ਆਪਣਾ ਸਟੂਡੀਓ ਚੰਡੀਗੜ੍ਹ ਦੇ ਵਿੱਚ ਬਣਾ ਲਿਆ ਸੋ ਅੱਜ ਪਹਿਲਾ ਦਿਨ ਸੀਗਾ ਅੱਜ ਸੈਟਅਪ ਰੈਡੀ ਹੋਇਆ ਸਾਰਾ ਸੋ ਹਮੇਸ਼ਾ ਦੀ ਤਰ੍ਹਾਂ ਮੈਂ ਪਹੁੰਚੇ ਅੱਜ ਫਿਰ ਤੋਂ ਉਚੇਚੇ ਤੌਰ ਤੇ ਚਲੋ ਦੁਬਾਰਾ ਨਵਾਂ ਕੀਤਾ ਸੀਗਾ ਜਿਹੜਾ ਕਿ ਬਾਹਰੇ ਨਵਾਂ ਸਟੂਡੀਓ ਜਿਹੜਾ ਬਿਲਕੁਲ ਨਵਾਂ ਸਟੂਡੀਓ ਬਣਾਇਆ ਪ੍ਰੋਫੈਸ਼ਨਲ ਸਟੂਡੀਓ ਉਹਦੀ ਵੀ ਜਾ ਕੇ ਮਹੂਰਤ ਤੇ ਮੈਂ ਗਾ ਕੇ ਆਇਆ ਸੀ ਆਪਾਂ ਕਿਹੜਾ ਗਾਣਾ ਬਣਾਇਆ ਸੀ ਉਦੋਂ ਜੋੜੀ ਤੇਰੀ ਮੇਰੀ ਜੋੜੀ ਤੇਰੀ ਮੇਰੀ ਬਣਾਇਆ ਸੀ ਉਹ ਗਾਣਾ ਬਣਾਇਆ ਸੀ ਤੇ ਅੱਜ ਅਸੀਂ ਪਹੁੰਚੇ ਆ ਸਟੂਡੀਓ ਅੱਜ ਵੀ ਤੁਹਾਨੂੰ ਗਾਣਾ ਸੁਣਾਉਣੇ ਜਿਹੜਾ ਕਿ ਤੁਸੀਂ ਬਹੁਤ ਦੇਰ ਤੋਂ ਬਹੁਤ ਦਿਨਾਂ ਤੋਂ ਜਿਹੜਾ ਛੋਟਾ ਜਿਹਾ ਕਲਿੱਪ ਤੁਸੀਂ ਸੁਣ ਰਹੇ ਹੋ ਅੱਜ ਵੀ ਵੈਸੇ ਉਹੀ ਸੁਣਾਵਾਂਗੇ ਪਰ ਉਹ ਗਾਣੇ ਦਾ ਮੈਂ ਦੱਸਣਾ ਚਾਹੁੰਦਾ ਕਿ ਉਹ ਗਾਣੇ ਦਾ ਮਿਊਜ਼ਿਕ ਦੇਸੀ ਕਰੂ ਨੇ ਕੀਤਾ ਤੇ ਉਹ ਲਿਖਿਆ ਕਰਨ ਔਜਲੇ ਦਾ ਤੇ ਬਹੁਤ ਜਲਦੀ ਉਹ ਗਾਣਾ ਆਊਗਾ ਸੋ ਅੱਜ ਪਹਿਲਾ ਦਿਨ ਸਟੂਡੀਓ ਦੇ ਵਿੱਚ ਤੇ ਤੁਹਾਨੂੰ ਸੁਣਾਉਣੇ ਆਪਾਂ ਉਹ ਵਾਲਾ ਗਾਣਾ ਅੱਜ ਉਹਨੇ ਲਾਈਵ ਹੀ ਨਹੀਂ ਹੋਏ ਸੀ ਉਹ ਕਨੈਕਸ਼ਨ ਹੀ ਕੋਈ ਚੱਕਰ ਨੀ ਫਿਰ ਨੋ ਪ੍ਰੋਬਲਮ ਆ ਜਾਓ ਕਿਸੇ ਨਾਲ ਖਾਰ ਨੀ ਕੋਈ ਘਰਾਲੇ ਦੇ ਕਰਨ ਜਿਹਾ ਯਾਰ ਨੀ ਕੋਈ ਜਿਹੜੇ ਕਹਿੰਦੇ ਰਹਿੰਦੇ ਸਾਡੀ ਮਾਰ ਨੀ ਕੋਈ ਉਦਾਂ ਦੀਆਂ ਟੋਲੀਆਂ ਵੀ ਭੋੜ ਖਾ ਰਹੀਆਂ